वाहे गुरु जी का खालसा वाहे गुरु जी की फतेह। अनमोल विचार चैनल विच तुहाडा स्वागत है। सब तो पहला अपने चैनल नू सबसक्राइब कर लो ते जेकर वीडियो वधिया लगेगी ते इस नू लाइक अते शेयर जरूर कर देना। अपनी अज दी वीडियो दा विषय है कि सेवा सिमरन करदिया होया साडे विचों बहुते मनुख एक गलती कर बैठते हैं जिस दे कारण साडे कीते हुए पाठ दा साडी कीती हुई सेवा दा सानू पूरा फल नहीं मिल पाउंदा। तो इस दिल सारयां दे अगे हाथ जोड़ के बेनती है कि वीडियो नू अंत तक अते ध्यान नाल सुनना। किंदे एक वार दी गल है कि बाबा नंद सिंह जी कि तो आ रहे सन तो रस्ते विच उन्हां दी गड्डी दे अगे एक काला नाग आ गया ते किंदे ड्राइवर ने गड्डी रोक दित्ती। तो बाबा जी ने पुछया कि गड्डी क्यों रोक दित्ती। तो उस ड्राइवर ने दस्या कि बाबा जी गड्डी दे अगे एक काला नाग फण फैला के बैठा है। तो किंदे बाबा जी गड्डी दे विचों उतर के गए ਅਤੇ ਸੱਪ ਦੇ ਅੱਗੇ ਇੱਕ ਲਕੀਰ ਵਾ ਦਿੱਤੀ ਤੇ ਕਹਿੰਦੇ ਉਹ ਸੱਪ ਨੇ ਬਾਬਾ ਜੀ ਦੀ ਵਾਹੀ ਹੋਈ ਲਕੀਰ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ ਤੇ ਕਹਿੰਦੇ ਬਾਬਾ ਜੀ ਨੇ ਆਪਣੇ ਸਾਥੀ ਸੰਤ ਸੁਜਾਨ ਸਿੰਘ ਜੀ ਨੂੰ ਕਿਹਾ ਕਿ ਕੀਰਤਨ ਸ਼ੁਰੂ ਕਰੋ। ਕਹਿੰਦੇ ਇਹ ਸਭ ਕੁਝ ਦੇਖ ਕੇ ਨਾਲ ਦੇ ਸੇਵਾਦਾਰ ਬੜਾ ਹੈਰਾਨ ਹੋਏ ਕਿ ਬਾਬਾ ਜੀ ਇਹ ਕੀ ਕੌਤਕ ਵਿਖਾ ਰਹੇ ਨੇ, ਪਰ ਕਿਸੇ ਨੇ ਵੀ ਕੁਝ ਵੀ ਪੁੱਛਣ ਦੀ ਹਿੰਮਤ ਨਾ ਕੀਤੀ। ਕਹਿੰਦੇ ਬੜੇ ਹੀ ਪਿਆਰ ਦੇ ਨਾਲ ਕੀਰਤਨ ਕੀਤਾ ਗਿਆ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਉਸ ਸੱਪ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਕਹਿੰਦੇ ਉਸ ਤੋਂ ਬਾਅਦ ਬਾਬਾ ਜੀ ਨੇ ਇੱਕ ਟੋਆ ਪਟਾ ਕੇ ਉਸ ਸੱਪ ਨੂੰ ਉਸ ਟੋਏ ਵਿੱਚ ਦਬਾ ਦਿੱਤਾ ਤੇ ਸੰਤ ਸੁਜਾਨ ਸਿੰਘ ਜੀ ਨੇ ਬੜੀ ਹਿੰਮਤ ਕਰਕੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਸੱਪ ਕੌਣ ਸੀ ਅਤੇ ਇਹ ਕੀ ਕੌਤਕ ਸੀ। ਤਾਂ ਬਾਬਾ ਜੀ ਨੇ ਦੱਸਿਆ ਕਿ ਇਹ ਆਪਣੇ ਸਮੇਂ ਦਾ ਇੱਕ ਮੁਸਲਮਾਨ ਫਕੀਰ ਸੀ। ਇਸ ਨੇ ਆਪਣੇ ਸਮੇਂ ਵਿੱਚ ਬਹੁਤ ਨਾਮ ਜਪਿਆ, ਬਹੁਤ ਮਾਲਾ ਫੇਰੀ, ਪਰ ਆਪਣਾ ਸੁਭਾਅ ਨਾ ਬਦਲ ਸਕਿਆ। ਭਾਵ ਕਿ ਗੁਰੂ ਦੇ ਬਚਨ ਸੁਣੇ ਜ਼ਰੂਰ ਪਰ ਗੁਰੂ ਦੇ ਬਚਨਾਂ ਨੂੰ ਮੰਨਿਆ ਨਹੀਂ, ਆਪਣੇ ਹਿਰਦੇ ਵਿੱਚ ਨਾ ਵਸਾਇਆ। ਇਸੇ ਕਰਕੇ ਇਹ ਸਿਰਫ ਦਿਖਾਵਾ ਕਰਦਾ ਰਿਹਾ ਤੇ ਇਸੇ ਕਰਕੇ ਇਸ ਨੂੰ ਸੱਪ ਦੀ ਜੂਨ ਮਿਲੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਦੇ ਮੁਤਾਬਕ ਅੱਜ ਇਸ ਦੀ ਸਜ਼ਾ ਪੂਰੀ ਹੋ ਗਈ ਸੀ ਅਤੇ ਇਸ ਦੀ ਮੁਕਤੀ ਕਰ ਦਿੱਤੀ ਗਈ ਹੈ। ਤਾਂ ਬਾਬਾ ਜੀ ਨੇ ਬਚਨ ਕਰਨੇ ਸ਼ੁਰੂ ਕੀਤੇ ਅਤੇ ਸਾਨੂੰ ਸੋਝੀ ਪਾਈ ਕਿ ਆਪਣੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਮੰਨਣਾ ਸਾਡਾ ਫਰਜ਼ ਹੈ। ਜੇ ਅਸੀਂ ਆਪਣੇ ਗੁਰੂ ਦੇ ਬਚਨ ਸੁਣ ਕੇ ਮੰਨੇ ਹੀ ਨਾ ਤਾਂ ਫਿਰ ਆਪਾਂ ਪਾਪਾਂ ਦੇ ਭਾਗੀਦਾਰ ਬਣਦੇ ਹਾਂ। ਬਾਬਾ ਜੀ ਕਹਿਣ ਲੱਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਪਹਿਲੀ ਪੌੜੀ ਹੈ ਨਿਮਰਤਾ, ਅਤੇ ਨਿਮਰਤਾ ਉਦੋਂ ਤੱਕ ਸਾਡੇ ਅੰਦਰ ਨਹੀਂ ਆਉਂਦੀ ਜਿੰਨੀ ਦੇਰ ਤੱਕ ਸਾਡੇ ਅੰਦਰ ਦੀ ਮੈਂ ਨਹੀਂ ਮਰਦੀ। ਨਿਮਰਤਾ ਨੂੰ ਅੰਦਰ ਲਿਆਉਣ ਲਈ ਸਾਡੇ ਅੰਦਰ ਦੀ ਮੈਂ ਨੂੰ ਮਾਰਨਾ ਪੈਂਦਾ ਹੈ। ਤੇ ਮਹਾਂਪੁਰਖ ਜੀ ਕਹਿੰਦੇ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋਵੇਂ ਹੱਥ ਆਪਣੇ ਸਿਰ ਤੇ ਲਿਆਉਣਾ ਚਾਹੁੰਦੇ ਆ ਤਾਂ ਪਹਿਲਾਂ ਆਪਣੇ ਅੰਦਰ ਦੀ ਮੈਂ ਨੂੰ ਮਾਰੋ, ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਕੱਢ ਕੇ ਮਨ ਵਿੱਚ ਨਿਮਰਤਾ ਦਾ ਭਾਵ ਲੈ ਕੇ ਆਓ। ਇਸ ਲਈ ਜਿੰਨਾ ਹੋ ਸਕੇ ਗੁਰਬਾਣੀ ਪੜ੍ਹੋ, ਸੁਣੋ ਅਤੇ ਵਿਚਾਰੋ ਕਿ ਤਿਆਓ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠੀਏ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੀਏ, ਜਿੰਨਾ ਹੋ ਸਕੇ ਗੁਰਬਾਣੀ ਦਾ ਅਭਿਆਸ ਕਰੀਏ, ਗੁਰਬਾਣੀ ਪੜ੍ਹੀਏ, ਸੁਣੀਏ ਅਤੇ ਵਿਚਾਰੀਏ। ਕਿਉਂਕਿ ਜੇਕਰ ਗੁਰਬਾਣੀ ਨੂੰ ਪੜ੍ਹ ਕੇ ਵਿਚਾਰਾਂਗੇ ਨਾ ਤਾਂ ਸਾਨੂੰ ਪਤਾ ਨਹੀਂ ਲੱਗਣਾ ਕਿ ਸਾਡੇ ਗੁਰੂ ਨੇ ਸਾਨੂੰ ਕੀ ਮੱਤ ਦਿੱਤੀ ਹੈ, ਸਾਡੇ ਗੁਰੂ ਨੇ ਕੀ ਸਮਝਾਇਆ ਹੈ। ਇਸ ਲਈ ਚਾਹੇ ਗੁਰਬਾਣੀ ਘੱਟ ਪੜ੍ਹੋ ਪਰ ਉਸਦੇ ਅਰਥ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅਤੇ ਅਰਥ ਸਮਝ ਕੇ ਆਪਣੇ ਗੁਰੂ ਦੇ ਬਚਨਾਂ ਨੂੰ ਮੰਨਿਆ ਕਰੋ।